ਸਸ਼ਕਲ ਇਹ ਵੀਡੀਓ ਕਰਨ ਜਾ ਰਹੀਆਂ ਡਿਪੈਂਡੈਂਟ ਵੀਜ਼ੇ ਨੂੰ ਨਜ਼ਰ ਚ ਰੱਖਦੇ ਹੋયા ਉਹਨਾਂ ਬਰੀਕੀਆਂ ਨੂੰ ਨਜ਼ਰ ਚ ਰੱਖਦੇ ਹੋਇਆ ਜਿੰਨਾ ਕਰਕੇ ਅਕਸਰ ਰਿਫਿਊਜ਼ਲ ਆ ਜਾਂਦੀ ਹੈ ਇਫ ਯੋਰ ਸਪਾਊਸ ਇਸ ਸਟੱਡਿੰਗ ਇਨ ਆਸਟ੍ਰੇਲੀਆ ਕੈਨ ਬੀ ਬாய் অর ਅ ਗਰਲ ਅਦਰ ਵੇ ਅਰਾਊਂਡ অর ਵਾਈਸ ਵਰਸਾ ਜਿਹੜਾ ਵੀ ਉੱਥੇ ਪੜ ਰਿਹਾ ਔਰ ਦੂਸਰੇ ਨੂੰ ਸਪான்ਸਰ ਕਰ ਰਿਹਾ ਕਈ ਚੀਜ਼ਾਂ ਦਾ ਬਹੁਤ ক্লোਜ਼ਲੀ ਧਿਆਨ ਦੇਣਾ ਹੈ ਨੰਬਰ 1 ਕਿ ਜੇ ਤੁਸੀਂ ਕੋਰਸ ਜਾਂ ਯੂਨੀ ਚੇਂਜ ਕੀਤੀ ਹੈ ਨੰਬਰ 2 ਜੇਕਰ ਤੁਸੀਂ ਜੌਬ ਕਰਦੇ ਹੋ ਉਹਦੀਆਂ ਪੇ ਸਲਿੱਪਸ number three continuity of relationship the evidences number four financial dependence on each other vice versa joker wife kamari india is buying, and husband australia chandria padreka earning, the wife can also transfer the money to husband's account to prove a relationship ਜਿੱਥੇ ਤੁਸੀਂ ਇੱਕ ਦੂਜੇ ਦੀ ਮੋਢੇ ਦੇ ਨਾਲ ਮੋਢਾ ਲਾ ਕੇ ਚੱਲ ਰਹੇ ਹੋ ਐਂਡ ਦੈਟਸ ਰਿਕੁਆਇਰਡ ਬਾਈ ਦਾ ਵੀਜ਼ਾ ਆਫੀਸਰ ਕਨਵੀਨੀਅੰਸ ਆਫ ਅ ਰਿਲੇਸ਼ਨਸ਼ਿਪ ਜਿੱਥੇ ਵੀਜ਼ਾ ਆਫੀਸਰ ਨੂੰ ਲੱਗੇਗਾ ਜਿੱਥੇ ਵੀਜ਼ਾ ਆਫੀਸਰ ਨੂੰ ਇਹ ਲੱਗੇਗਾ ਕਿ ਤੁਸੀਂ ਸਿਰਫ ਆਸਟ੍ਰੇਲੀਆ ਆਣ ਦੇ ਕਰਕੇ ਇਸ ਰਿਸ਼ਤੇ ਨੂੰ ਚਲਾ ਰਹੇ ਹੋ ਨੰਬਰ 1 ਨੰਬਰ 2 ਕਿ ਤੁਸੀਂ ਸਿਰਫ ਆਸਟ੍ਰੇਲੀਆ ਆਣ ਕਰਕੇ ਆਉਣਾ ਚਾਹੁੰਦੇ ਹੋ ਦੈਟ ਟੂ ਥਿੰਗਸ ਵਿਲ ਗਿਵ ਅ ਰੈਡ ਬਲਿੰਕ and you will not get a visa dependent visa ਦੀ ਸ਼ੁਰੂਆਤ ਹੈ ਇੱਕ ਰਿਲੇਸ਼ਨਸ਼ਿਪ ਦੀ ਬਾਉਂਡਰੀ ਤੋਂ ਜੇਕਰ ਤੁਸੀਂ ਪਹਿਲਾਂ ਕੰਟਰੈਕਟ ਮੈਰਿਜ ਕਰਕੇ ਆਸਟ੍ਰੇਲੀਆ ਗਏ ਸੀਗੇ ਜਾਂ ਤੁਸੀਂ ਰਿਲੇਸ਼ਨਸ਼ਿਪ ਜੈਨੂਇੰਟ ਗਏ ਸੀਗੇ ਡਿਵੋਰਸ ਹੋ ਗਿਆ ਵੀਜ਼ਾ ਰਿਫਿਊਜ਼ ਹੋ ਗਿਆ ਹੁਣ ਸੈਕਿੰਡ ਮੈਰਿਜ ਕਰ ਰਹੇ ਹੋ ਕੀ ਗੱਲਾਂ ਦਾ ਧਿਆਨ ਰੱਖਣਾ ਪਏਗਾ ਉਸ ਫਾਈਲ ਦੇ ਵਿੱਚ ਫੋਰ ਡਿਪੈਂਡੈਂਟ ਵੀਜ਼ਾ ਤੁਸੀਂ ਕੋਰਸ ਕੋਈ ਹੋਰ ਕਰਨ ਗਏ ਸੀ ਕੋਈ ਹੋਰ ਕਰ ਰਹੇ ਹੋ ਕੀ ਗੱਲਾਂ ਦਾ ਧਿਆਨ ਰੱਖਣਾ ਪਏਗਾ ਉਸ ਟਾਈਮ ਤੇ ਕੀ ਗੱਲਾਂ ਦਾ ਧਿਆਨ ਰੱਖਣਾ ਪਏਗਾ ਜਦੋਂ ਡਿਪੈਂਡੈਂਟ ਵੀਜ਼ੇ ਦੀ ਫਾਈਲ ਲਾਉਣੀ ਹੈ ਕਈ ਕੰਸਲਟੈਂਟਸ ਦੇ ਕੋਲ ਰਿਫਿਊਜ਼ਲਸ ਤੇ ਬਾਅਦ ਬੱਚੇ ਮੇ ਕੋ ਆਉਂਦੇ ਨੇ ਕਹਿੰਦੇ ਆ ਸਾਨੂੰ 10 ਤੋਂ 12 ਲੱਖ ਦੇ ਫੰਡ ਦਿਖਵਾਏ ਗਏ ਐਂਡ ਵੀਜ਼ਾ ਲੋਚ ਕਰਤਾ ਗਿਆ ਐਂਡ ਹੱਥ 'ਚ ਕੀ ਆਇਆ ਸਿਰਫ ਤੇ ਸਿਰਫ ਰਿਫਿਊਜ਼ਲ ਲੈਟਰ ਨੋ ਤੁਹਾਨੂੰ ਲਿਵਿੰਗ ਕਾਸਟ ਤੁਹਾਡੀ ਸਪਾਊਸ ਦੀ ਤੁਹਾਡੀ ਲਿਵਿੰਗ ਕਾਸਟ ਤੁਹਾਡੀ ਟਰੈਵਲਿੰਗ ਕਾਸਟ ਇਹ ਚੀਜ਼ਾਂ ਮੰਡੇਟਰੀ ਨੇ ਟੂ ਸ਼ੋ ਟੂ ਦ ਵੀਜ਼ਾ ਆਫੀਸਰ ਕਿ ਤੁਸੀਂ ਇੱਕ ਪੁੱਜਦੇ ਪਰਿਵਾਰ 'ਚੋਂ ਤੁਹਾਡੇ ਕੋ ਇੰਨਾ ਪੁੱਜਦਾ ਹੈ ਕਿ ਤੁਸੀਂ ਆਪਣੀ ਸਪਾਊਸ ਨੂੰ ਆ ਕੰਪਨੀ ਕਰੋਗੇ ਐਂਡ ਉਹਨੂੰ ਸਪੋਰਟ ਕਰੋਗੇ इमोਸ਼ਨਲੀ ਫਿਜ਼ਿਕਲੀ ਐਂਡ ਫਾਈਨੈਂਸ਼ੀਅਲੀ ਟੂ ਐਂਡ ਇਕਨੋਮਿਕ ਗਰਾਉਂਡਸ ਤੇ ਵੀਜ਼ਾ ਆਫੀਸਰ ਇਸ ਚੀਜ਼ ਨੂੰ ਬਹੁਤ ক্লোਜ਼ਲੀ ਦੇਖਦਾ ਤੁਸੀਂ ਇੱਥੇ ਕੁਝ ਨਹੀਂ ਕਰਦੇ ਐਂਡ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਡਿਪੈਂਡੈਂਟ ਵੀਜ਼ਾ ਮਿਲ ਜਾਏਗਾ ਨੋ ਤਾਡੀ ਵਾਈਫ ਉਥੇ ਮਾਸਟਰ ਡਿਗਰੀ ਕਰ ਰਹੀ ਹੈ ਐਂਡ ਤੁਸੀਂ ਇੱਥੇ ਪਲੱਸ 2 ਹੋ ਤੁਹਾਨੂੰ ਵੀਜ਼ਾ ਮਿਲ ਜਾਏਗਾ ਆਨਸਰ ਇਜ਼ ਨੋ ਡਿਪੈਂਡੈਂਟ ਵੀਜ਼ੇ ਦੇ ਵਿੱਚ ਵੀ ਪ੍ਰੋਬਲਮ ਆਏਗੀ ਨਾਟ ਓਨਲੀ ਔਨ ਸਪਾਊਸ ਵੀਜ਼ਾ ਅਕਸਰੀ ਕੰਸਲਟੈਂਟ ਕੁੜੀ ਨੂੰ ਪੇਜ ਦਿੰਦੇ ਨੇ ਪਹਿਲਾਂ ਬਾਅਦ 'ਚ ਤੁਹਾਨੂੰ ਕਹਿੰਦੇ ਤੁਸੀਂ ਜਾਓਗੇ ਪਰ ਤੁਸੀਂ ਕੀ ਕੀ ਕਰਨਾ ਹੈ ਜਿਹਦੇ ਨਾਲ ਤੁਸੀਂ ਬਾਅਦ 'ਚ ਜਾ ਸਕੋ ਨਹੀਂ ਤਾਂ ਇਹ ਨਾ ਹੋਵੇ ਉਹ ਉੱਥੇ ਰਹਿ ਜਾਵੇ ਤੁਸੀਂ ਇੱਥੇ ਰਹਿ ਜਾਓ ਡਿਪੈਂਡੈਂਟ ਵੀਜ਼ਾ ਦੀ ਐਪਲੀਕੇਸ਼ਨ ਕਿਸੇ ਅਨਾੜੀ ਦੇ ਹੱਥ 'ਚ ਲਾ ਕੇ ਖਰਾਬ ਨਾ ਕਰੋ ਇਟ ਇਜ਼ ਅ ਵੈਰੀ ਕੰਵਲੂਟਿਡ फाइल वेरी कन्फ्यूज वे हाउ वीजा ऑफिसर एड्रैस इट हाउ टू एड्रैस द फाइल पार्टनर वीजे भी औखी फाइल है डिपेंडेंट वीजे की ऑस्ट्रेलिया की जो गल की जाती है सेम सब क्लास फाइव हंड्रड सबसीकुंट एंट्रेंट बहुत क्लोजली देखनी पैंती है जदों वीज़ा एक्सटेंड हो रहा मान लोडे मेन एप्लीकेंट का जो ऑस्ट्रेलिया जो स्पॉन्सर कर रहा है वो ही एड होना है. सही है डिसीजन या रॉन्ग है डिसीजन इन्नू भी बहुत क्लोजली देखना है किन्ना वीजा पीछे रह गया जदों तुम्हारी फाइल लग रही है ये डिसीजन भी बहुत क्लोजली देखना है डिपेंडेंट वीजा इन ऑस्ट्रेलिया इज अ वेरी क्रिटिकल वीजा वी नीड टू लुक एट ऑल द पैरामीटर योर रिलेशनशिप पैरामीटर फाइनेंशियल पैरामीटर्स एंड ऑल अदर फैक्टर्स सो जेकर इस वीजा बारे कोई भी वदेरी जानकारी लेना चाहंदे हो यू नो व्हाट टू डू आई डोंट हैव टू टेल यू दैट बट यू नो व्हिच कैन शेप अप योर लाइफ one number one game changing number 9216310310 sashika